दैनिक सवेरा, अंधेरे से उजाले की ओर। शहीद करतार सिंह सराभा की शहीदी के 100 साल पूरे होने पर शहीद क्रांतिकारी शताब्दी आयोजन समिति की तरफ से लुधियाना के सिविल लाइन्स स्थित केवीएम स्कूल के सभागार में एक समारोह आयोजित किया गया। समारोह में शहीद करतार सिंह सराभा के जीवन पर आधारित नाटक पेश किया गया। समारोह में अविनाश राय खन्ना, भावाधस के धार्मिक गुरु डॉक्टर अद्वैती भी उपस्थित हुए। समारोह में रविन्द्र भारद्वाज, राजीव गुप्ता, यश गिरी, पंकज जिंदल, जसपाल सिंह, सुभाष जैन, सीमा गुप्ता, हरिपाल गुप्ता सहित अन्य लोग भी उपस्थित हुए। लुधियाना से हलचल के लिए अर्शदीप सिंह की रिपोर्ट। देओ नानू डैम हिंदू आखदे सन, एहो जे शब्द सुन के करतार दा दिल रो नाल भर जांदा सी। उसनु एहसास हुंदा सी कि हिंदिया दी हालत उन्हां दी गुलामी कारण है। जज्बा है तेरे जेहे नौजवान ते हिंदुस्तान नु फख्र है। ਨਾਲੇ ਇਹਨਾਂ ਤਾਂ ਬਰਕਲੇ ਤੋਂ ਆਪਣੀ ਯੂਨੀਵਰਸਿਟੀ ਦੀ ਪੜ੍ਹਾਈ ਵੀ ਵਿੱਚ ਹੀ ਛੱਡ ਗਈ ਹੈ ਤੇ ਆ ਕੇ ਸਾਡੀ ਫਿਰ ਪਾਰਟੀ ਦਾ ਹੁਣ ਹੱਥ ਸਿਪਾਹੀ ਬਣ ਗਿਆ। ਪਾਰਟੀ ਦੇ ਪ੍ਰਧਾਨ ਸੋਹਣ ਸਿੰਘ ਪੱਕੜਾ ਹਿੰਦੁਸਤਾਨ ਵਿੱਚ ਗਦਰ ਦੇ ਪ੍ਰਚਾਰ ਤੇ ਪ੍ਰਬੰਧ ਲਈ ਬੜਾ ਹੀ ਹੋਣਹਾਰ, ਬੜਾ ਹੀ ਜਸ਼ੀਲਾ ਤੇ ਬੜਾ ਹੀ ਸੂਝਵਾਨ ਸਾਥੀ ਮਿਲ ਗਿਆ। ਦੋਸਤੋ ਹੁਣ ਤਾਂ ਗਦਰ ਦੀ ਕਾਮਯਾਬੀ ਯਕੀਨੀ ਲੱਗਦੀ ਹੈ। ਗਦਰ ਦੀ ਸ਼ੁਰੂਆਤ ਲਈ ਮੈਂ ਕਲਕੱਤੇ ਦੇ ਰਾਸਤੇ ਹਿੰਦੁਸਤਾਨ ਜਾਵਾਂਗਾ ਤੇ ਕਰਤਾਰ ਕਰਤਾਰ ਕਲੰਬੋ ਹੋ ਕੇ ਪੰਜਾਬ ਆਏਗਾ। ਅਮਰੀਕਾ, ਕੈਨੇਡਾ, ਹਾਂਗਕਾਂਗ, ਮਲਾਇਆ ਤੇ ਸਿੰਗਾਪੁਰ ਤੋਂ ਹਜ਼ਾਰਾਂ ਹੀ ਗਦਰੀ ਹਿੰਦੁਸਤਾਨੀ ਰਵਾਨਾ ਹੋ ਚੁੱਕੇ ਨੇ। ਮੈਂ ਤੇ ਕਰਤਾਰ ਉਹਨਾਂ ਨੂੰ ਲਾਹੌਰ ਵਿੱਚ ਮਿਲਾਂਗੇ। ਮੈਂ ਜਾ ਕੇ ਫੌਜੀਆਂ ਨੂੰ ਗਦਰ ਲਈ ਤਿਆਰ ਕਰਾਂਗਾ। ਮੈਂ ਪੰਜਾਬ ਵਿੱਚ ਲਾਹੌਰ, ਪਿਸ਼ਾਵਰ ਤੇ ਸਾਰੀਆਂ ਛਾਉਣੀਆਂ ਵਿੱਚ ਜਾਵਾਂਗਾ ਤੇ ਮੇਰ ਤੇ ਦਿੱਲੀ ਦੀਆਂ ਛਾਉਣੀਆਂ ਵਿੱਚ ਵੀ ਆਪਣੇ ਬੰਦੇ ਭੇਜਾਂਗਾ। ਤੁਹਾਨੂੰ ਜੋਸ਼ ਦੇ ਨਾਲ ਨਾਲ ਹੋਸ਼ ਤੋਂ ਵੀ ਕੰਮ ਲੈਣਾ ਪੈਣਾ ਹੈ। ਵੱਡੀ ਜੰਗ ਸ਼ੁਰੂ ਹੋਣ ਵਾਲੀ ਹੈ। ਜਰਮਨੀ ਤੇ ਇੰਗਲੈਂਡ ਦੀ ਦੁਸ਼ਮਣੀ ਤਾਂ ਖੁੱਲ ਕੇ ਸਾਹਮਣੇ ਆ ਰਹੀ ਹੈ। ਇਸ ਸੂਰਤ ਵਿੱਚ ਫੌਜ ਦੇ ਬਹੁਤੇ ਅੰਗਰੇਜ਼ੀ ਅਫਸਰ ਤੇ ਸਿਪਾਹੀ ਹਿੰਦੁਸਤਾਨੀ ਦਸਤਿਆਂ ਦੇ ਨਾਲ ਯੂਰੋਪ ਭੇਜੇ ਜਾਣ। ਸਾਰੇ ਪੜ੍ਹੇ ਜਾ ਸਕਦੇ ਹਾਂ।